ਬਠਿੰਡਾ ਦੇ ਫੇਸਤਰੀ ਦਾਦੀ ਪੋਤੀ ਪਾਰਕ ਦੇ ਨੇੜੇ ਮਿਲਿਆ ਨੋਟਾਂ ਦਾ ਸਕ੍ਰੈਪ। ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਕੇ ਇੱਕ ਵਿਅਕਤੀ ਨੂੰ ਲਿਆ ਹਿਰਾਸਤ ਦੇ ਵਿੱਚ। ਦੱਸ ਦਈਏ ਕਿ ਬਠਿੰਡਾ ਦੇ ਦਾਦੀ ਪੋਤੀ ਪਾਰਕ ਦੇ ਨੇੜੇ ਇੱਕ ਵਿਅਕਤੀ ਫਰੂਟ ਦਾ ਕੰਮ ਕਰਦਾ ਹੈ ਅਤੇ ਉਹ ਮੰਡੀ ਦੇ ਵਿੱਚੋਂ ਫਰੂਟ ਲੈ ਕੇ ਅਨਾਰ ਲੈ ਕੇ ਆਇਆ ਸੀ, ਜਿਸ ਦੇ ਵਿੱਚੋਂ 5 ਕਿਲੋ ਦੇ ਕਰੀਬ ਵਿੱਚੋਂ ਸਕ੍ਰੈਪ ਮਿਲਿਆ, ਜਿਸ ਦੇ ਉੱਤੇ ਨਕਲੀ ਨੋਟ ਛਾਪੇ ਜਾਣ ਦੀ ਉਮੀਦ ਜਿਤਾਈ ਜਾ ਰਹੀ ਹੈ। ਇਸ ਦੇ ਨਾਲ ਇਸ ਤਰ੍ਹਾਂ ਲੱਗ ਰਿਹਾ ਕਿ ਕਿਤੇ ਬਠਿੰਡਾ ਜਾਂ ਆਸ ਪਾਸ ਦੇ ਇਲਾਕੇ ਦੇ ਵਿੱਚ ਕਿਤੇ ਨਾ ਕਿਤੇ ਨਕਲੀ ਨੋਟ ਛਾਪ ਰਹੇ ਹਨ, ਜਿਸ ਨੂੰ ਲੈ ਕੇ ਜਦੋਂ ਪੁਲਿਸ ਨੂੰ ਇਸ ਦੀ ਇਤਲਾਹ ਮਿਲੀ ਤਾਂ ਪੁਲਿਸ ਮੌਕੇ 'ਤੇ ਥਾਣਾ ਸਿਵਲ ਲਾਈਨ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਉਹਨਾਂ ਵੱਲੋਂ ਇਹ ਸਾਰਾ ਸਮਾਨ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਇਹ ਸਾਰਾ ਸਕ੍ਰੈਪ ਸੀ ਜਿਹੜਾ ਨਕਲੀ ਨੋਟਾਂ ਦਾ ਜਾਂ ਨੋਟਾਂ ਦਾ ਸਕ੍ਰੈਪ ਸੀ, ਇਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਇੱਕ ਵਿਅਕਤੀ ਨੂੰ ਜੋ ਫਰੂਟ ਵਿਕਰੇਤਾ ਸੀ ਉਸ ਨੂੰ ਆਪਣੇ ਨਾਲ ਥਾਣੇ ਲੈ ਗਈ। ਉਸ ਵਿਅਕਤੀ ਨੂੰ ਇੱਕ ਵਾਰੀ ਪੁੱਛਗਿੱਛ ਦੇ ਲਈ ਹਿਰਾਸਤ ਦੇ ਵਿੱਚ ਲੈ ਲਿਆ। ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਦਾਦੀ ਪੋਤੀ ਪਾਰਕ ਦੇ ਨੇੜੇ ਦੀਆਂ, ਜਿੱਥੇ ਇਹ ਫਰੂਟ ਦੇ ਵਿੱਚ ਅਨਾਰਾਂ ਦੇ ਡੱਬੇ ਦੇ ਵਿੱਚ ਕਾਫੀ ਸਾਰਾ ਸਕ੍ਰੈਪ ਆਇਆ, ਜਿਸ ਦੇ ਉੱਤੇ ਨੋਟ ਛਪੇ ਜਾਣ ਦੀ ਉਮੀਦ ਜਿਤਾਈ ਜਾ ਰਹੀ ਹੈ, ਜਿਸ ਨੂੰ ਲੈ ਕੇ ਇਹ ਸਾਰਾ ਸਮਾਨ ਆਪਣੇ ਕਬਜ਼ੇ 'ਚ ਲੈਣ ਤੋਂ ਬਾਅਦ ਪੁਲਿਸ ਨੇ ਇੱਕ ਵਿਅਕਤੀ ਨੂੰ ਆਪਣੇ ਨਾਲ ਹਿਰਾਸਤ ਦੇ ਵਿੱਚ ਲੈ ਗਈ ਹੈ ਅਤੇ ਉਸ ਨੂੰ ਪੁੱਛਗਿੱਛ ਦੀ ਨਾਲ ਲੈ ਗਈ ਹੈ।